ਜੈਤੋ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਿੱਦਾਂ ਕਿ ਕੋਰੋਨਾ ਵਾਇਰਸ ਹੈਗਾ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚ ਫੈਲਿਆ ਹੋਇਆ ਤੇ ਇਸ ਵਿੱਚ ਸਰਕਾਰ ਵੱਲੋਂ ਤੇ ਸਾਡੇ ਸਿਵਲ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ ਆਪਣੇ ਘਰਾਂ 'ਚ ਬੈਠਣ, ਜਿਹੜੀ ਆਪਣੀ ਮੂਵਮੈਂਟ ਹੈ ਉਹ ਘੱਟ ਤੋਂ ਘੱਟ ਰੱਖਣ। ਇਸ ਦੇ ਵਿੱਚ ਦੋ ਤਿੰਨ ਜ਼ਰੂਰੀ ਗੱਲਾਂ ਨੇ ਕਿ ਜਦੋਂ ਵੀ ਆਪਾਂ ਬਾਹਰ ਜਾਂਦੇ ਹਾਂ ਤਾਂ ਆਪਣਾ ਡਿਸਟੈਂਸ 1-2 ਮੀਟਰ ਦਾ ਬਣਾ ਕੇ ਰੱਖੋ ਅਤੇ ਆਪਣੇ ਹੱਥ ਦੁਬਾਰਾ ਦੁਬਾਰਾ ਧੋਂਦੇ ਰਹੋ। ਜਿੱਦਾਂ ਕਿ ਹੁਣ 144 ਦਾ ਕਰਫਿਊ ਲੱਗ ਚੁੱਕਿਆ ਹੈ ਅਤੇ ਹੁਣ ਜੇ ਕੋਈ ਵੀ ਬਾਹਰ ਆਉਂਦਾ ਹੈ ਆਪਣੇ ਘਰ ਦੇ ਵਿੱਚੋਂ ਜਾਂ ਕੋਈ ਦੁਕਾਨ ਖੋਲ੍ਹਦਾ ਹੈ ਤਾਂ ਉਸਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਤਾਂ ਮੇਰੀ ਇਹੀ ਬੇਨਤੀ ਹੈ ਕਿ ਆਪਣੇ ਬਚਾਓ ਦੇ ਲਈ, ਆਪਣੇ ਬੱਚਿਆਂ ਦੇ ਬਚਾਓ ਦੇ ਲਈ ਆਪਣੇ ਘਰਾਂ ਦੇ ਵਿੱਚ ਰਹੋ, ਕਿਰਪਾ ਕਰਕੇ ਬਾਹਰ ਨਾ ਆਓ, ਨਹੀਂ ਤਾਂ ਜਿਹੜਾ ਸਾਨੂੰ ਸਖ਼ਤੀ ਵਰਤਣੀ ਪਏਗੀ। ਧੰਨਵਾਦ। ਸਾਰੇ ਜੈਤੋ ਵਾਸੀਆਂ ਨੂੰ ਮੈਂ ਇੱਕ ਬੇਨਤੀ ਕਰਦੀ ਹਾਂ ਕਿ ਆਪੋ ਆਪਣੇ ਘਰਾਂ ਦੇ ਵਿੱਚ ਰਹੋ। ਇਹ ਜੋ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਗਏ ਨੇ, ਕਰਫਿਊ ਲਗਾਇਆ ਗਿਆ, ਸਾਡੀ ਸਾਰਿਆਂ ਦੀ ਸੁਰੱਖਿਆ ਲਈ, ਸਾਡੇ ਪਰਿਵਾਰ ਦੀ ਸੁਰੱਖਿਆ ਲਈ ਹੈ। ਪਰ ਅਨਫੋਰਚੁਨੇਟਲੀ ਅੱਜ ਸਵੇਰੇ ਜਾਂ ਜੋ ਸ਼ਹਿਰ ਦਾ ਹਾਲ ਸੀਗਾ, ਦੁਕਾਨਾਂ ਖੁੱਲ੍ਹ ਗਈਆਂ, ਲੋਕ ਸਾਰੇ ਬਾਹਰ ਆ ਗਏ, ਇਹਦੇ ਕਰਕੇ ਅਸੀਂ ਹਾਲੇ ਤੱਕ ਸਮਝ ਨਹੀਂ ਪਾ ਰਹੇ ਕਿ ਜਿਹੜੀ ਮਹਾਂਮਾਰੀ ਨਾਲ, ਬਿਮਾਰੀ ਨਾਲ ਅਸੀਂ ਲੜ ਰਹੇ ਹਾਂ, ਇਹਦੇ ਕੌਨਸੀਕੁਐਂਸਿਸ, ਇਹਦੇ ਨਤੀਜੇ ਕੀ ਹੋਣਗੇ। ਕਿਉਂਕਿ ਇਹ ਜਿਹੜਾ ਸਾਡਾ ਦੁਸ਼ਮਣ ਹੈ, ਸਾਨੂੰ ਦਿਖ ਨਹੀਂ ਰਿਹਾ, ਕਿਉਂਕਿ ਜੇ ਕੋਈ ਦਿਖ ਰਿਹਾ ਹੋਵੇ ਤਾਂ ਅਸੀਂ ਉਹਨੂੰ ਉਹਦੇ ਤੋਂ ਬਚ ਸਕਦੇ ਹਾਂ। ਵੀ ਆਰ ਫਾਈਟਿੰਗ ਦਾ ਇਨਵਿਜ਼ੀਬਲ, ਇੱਕ ਨਾ ਦਿਖਣ ਵਾਲੀ ਚੀਜ਼ ਨਾਲ ਅਸੀਂ ਲੜਾਈ ਲੜ ਰਹੇ ਹਾਂ, ਔਰ ਇੱਕ ਬਹੁਤ ਭਿਆਨਕ ਮਹਾਂਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ। ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਕਿਸੇ ਕਿਸਮ ਦੀ ਅਫਵਾਹ ਦੇ ਵਿੱਚ ਨਾ ਆਓ। ਕੋਈ ਵੀ ਕਰਫਿਊ ਦੇ ਵਿੱਚ ਢਿੱਲ ਨਹੀਂ ਦਿੱਤੀ ਗਈ। ਅੱਜ ਸਵੇਰੇ ਜੋ ਅਫਵਾਹ ਫੈਲੀ ਕਿ ਕਰਫਿਊ 'ਚ ਢਿੱਲ ਹੈ, ਅਤੇ ਸਾਰਾ ਜਿਹੜਾ ਸ਼ਹਿਰ ਹੈ ਉਹ ਸੜਕਾਂ 'ਤੇ ਆ ਗਿਆ, ਸਾਰੀਆਂ ਦੁਕਾਨਾਂ ਖੁੱਲ੍ਹ ਗਈਆਂ, ਫਿਰ ਪੁਲਿਸ ਨੂੰ ਸਖ਼ਤੀ ਕਰਕੇ ਬੰਦ ਕਰਾਉਣੀਆਂ ਪਈਆਂ। ਸੋ ਇਸ ਕਰਕੇ ਜਿੰਨੇ ਦੇਰ ਅਸੀਂ ਕਰ ਰਹੇ ਹਾਂ, ਉਹ ਵੀ ਜਿਹੜਾ ਸਾਡਾ ਉਹਦਾ ਵੀ ਅਸਰ ਹੈ, ਉਹ ਵੀ ਖਤਮ ਹੋ ਗਿਆ। ਸੋ ਇਸ ਕਰਕੇ ਬੇਨਤੀ ਹੈ ਜੀ, ਅੱਜ ਤੋਂ ਬਾਅਦ ਤੁਸੀਂ ਆਪਣੇ ਘਰੋਂ ਨਹੀਂ ਨਿਕਲਣਾ। ਅਦਰਵਾਈਜ਼ ਪੁਲਿਸ ਵੱਲੋਂ ਵੀ ਪੂਰੀ ਸਖ਼ਤੀ ਕੀਤੀ ਜਾ ਰਹੀ ਹੈ। DSP ਸਾਹਿਬ ਮੇਰੇ ਕੋਲ ਬੈਠੇ ਆ, ਪਰਚੇ ਦਰਜ ਹੋਣਗੇ ਅਤੇ ਅਸੀਂ ਸਖ਼ਤ ਕਦਮ ਲੈਣ ਲਈ ਮਜਬੂਰ ਹੋਵਾਂਗੇ। ਜਿੱਥੋਂ ਤੱਕ ਗੱਲ ਰਹੀ ਤੁਹਾਡੀ, ਜਿਹੜੀ ਰੋਜ਼ ਦੀਆਂ ਜ਼ਰੂਰੀ ਵਸਤਾਂ ਦਾ ਸਮਾਨ ਹੈ ਉਹ ਤੁਹਾਡੇ ਘਰੋਂ ਘਰੀ ਅਸੀਂ ਪਹੁੰਚਾ ਰਹੇ ਹਾਂ।